ਫਿਰੋਜ਼ਪੁਰ ਸ਼ਹਿਰ 'ਚ ਬੀਤੀ ਰਾਤ ਤੋਂ ਹੀ ਪੁਲਿਸ ਦੀ ਕਾਫੀ ਹਲਚਲ ਵੇਖਣ ਨੂੰ ਮਿਲੀ। ਜਾਣਕਾਰੀ ਮਿਲੀ ਸੀ ਕਿ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਫਿਰੋਜ਼ਪੁਰ ਜਾਂ ਇਸਦੇ ਨੇੜਲੇ ਖੇਤਰਾਂ ਵਿੱਚ ਲੁਕਿਆ ਹੋ ਸਕਦਾ ਹੈ, ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਹਲਕਾ ਚਾਉਂਦੇ ਹੋਏ ਅੱਧੀ ਰਾਤ ਨੂੰ ਹੀ ਪਿੰਡ ਨੂੰ ਘੇਰ ਲਿਆ ਤੇ ਹਰ ਘਰ ਦੀ ਤਲਾਸ਼ੀ ਲਈ ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਨਾਕੇ ਲਗਾਏ ਗਏ ਨੇ। ਉੱਥੇ ਦੂਜੇ ਪਾਸੇ ਮਮਦੋੜ ਤੋਂ 2 ਕਿਲੋਮੀਟਰ ਦੀ ਦੂਰੀ ਤੇ ਪਿੰਡ ਗੁਲਾਬ ਸਿੰਘ ਵਾਲੀ 'ਚ ਵੀ ਮੁੜ ਤੋਂ ਸਰਚ ਆਪਰੇਸ਼ਨ ਚਲਾਇਆ ਗਿਆ। ਘਰ ਦੀਆਂ ਛੱਤਾਂ ਅਤੇ ਘਰਾਂ ਦੇ ਕਮਰਿਆਂ ਨੂੰ ਪੁਲਿਸ ਵੱਲੋਂ ਤਲਾਸ਼ੀ ਕਰਕੇ ਫਰੋਲਿਆ ਜਾ ਰਿਹਾ। ਇਸ ਸੰਬੰਧੀ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਸਰਚ ਆਪਰੇਸ਼ਨ ਪਿੱਛੇ ਕੀ ਕਾਰਨ ਹੈ ਤਾਂ ਉਹਨਾਂ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਨਪੁਟਸ ਆ ਹੀ ਰਹੇ ਨੇ ਔਰ ਉਹਦੇ ਬੇਸਿਸ ਤੇ ਅਸੀਂ ਆਪਣੇ ਆਪਰੇਸ਼ਨਸ ਕਰ ਰਹੇ ਨੇ। ਮੀਡੀਆ ਦੇ ਵਿੱਚ ਦੱਸਣ ਨਾਲ ਕੋਈ ਪੈਨਿਕ ਕ੍ਰੀਏਟ ਹੁੰਦਾ, ਮੀਡੀਆ ਦੇ ਕੰਜ਼ਮਪਸ਼ਨ ਵਾਸਤੇ ਕੁਛ ਨਹੀਂ। ਸਾਡਾ ਰੂਟੀਨ ਦਾ ਸਪੈਸ਼ਲ ਆਪਰੇਸ਼ਨ ਜਿਹੜੇ ਆ ਡਿਸਟ੍ਰਿਕਟ ਪੁਲਿਸ ਦੇ ਚੱਲਦੇ ਰਹਿੰਦੇ ਆ। ਬਾਰਡਰ ਡਿਸਟ੍ਰਿਕਟ ਹੈ, ਸੈਂਸਿਟੀਵਿਟੀ ਹੈ, ਤੁਸੀਂ ਇਸ ਗੱਲ ਨੂੰ ਸਮਝਦੇ ਹੋ, ਘਰ ਰਾਤ ਤੋਂ ਚੱਲਦੀਆਂ ਰਹਿੰਦੀਆਂ। ਸੋ ਪੁਲਿਸ ਅਲਰਟ ਹੈ, ਰਾਜਸਥਾਨ 'ਚ ਇਲੈਕਸ਼ਨ ਹੋਣ ਜਾ ਰਿਹਾ, ਇੰਟਰਸਟੇਟ ਬਾਰਡਰ ਅਸੀਂ ਸੀਲ ਕੀਤਾ ਹੋਇਆ। ਸੋ ਅਤਿਆਦਨ ਸਿਕਿਉਰਿਟੀ ਨੂੰ, ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਾਡੇ ਆਪਰੇਸ਼ਨ ਜਿਹੜੇ ਚੱਲਦੇ ਰਹਿੰਦੇ ਆ। ਐਜ਼ ਐਨ ਆਈ ਜੀ ਕਈ ਵਾਰੀ ਆਪਰੇਸ਼ਨ ਜਿਹੜੇ ਚੱਲਦੇ ਆ ਮੈਂ ਉਹਨਾਂ ਨੂੰ ਸੁਪਰਵਾਈਜ਼ ਕਰਨ ਲਈ ਆਪ ਚਲਾ ਜਾਂਦਾ ਮੌਕੇ 'ਤੇ। ਸੋ ਮੀਡੀਆ 'ਚ ਦੱਸਣ ਵਾਸਤੇ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਚੀਜ਼। ਹੁਣ ਆਪ ਲੋਕ ਇੱਥੇ ਆਪਰੇਸ਼ਨ ਦੇ ਜਗ੍ਹਾ 'ਤੇ ਆ ਗਏ ਹੋ ਅਤੇ ਵੈਸੇ ਮੈਂ ਬਾਈਟ ਦੇ ਰਹੇ ਹਾਂ, ਲੇਕਿਨ ਬਾਈਟ ਦੇਣ ਵਾਲਾ ਸਾਡੇ ਕੋਲ ਸਪੈਸ਼ਲ ਇਨਪੁਟ ਕੋਈ ਨਹੀਂ, ਸਾਡੀ ਰੂਟੀਨ ਡਿਊਟੀ ਦਾ ਇੰਟਰਨਲ। ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਨਿਰੰਕਾਰੀ ਭਵਨ 'ਚ ਹੋਏ ਬਲਾਸਟ ਪਿੱਛੇ ਜ਼ਾਕਿਰ ਮੂਸਾ ਦਾ ਹੀ ਹੱਥ ਦੱਸਿਆ ਜਾਂਦਾ ਹੈ, ਕਿਉਂਕਿ ਘਟਨਾ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ 'ਚ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਮੂਸਾ ਦੇ ਪੋਸਟਰ ਥਾਂ ਥਾਂ 'ਤੇ ਲਗਵਾ ਦਿੱਤੇ ਗਏ ਸਨ, ਪਰ ਹੁਣ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੂੰ ਭਾਜਣਾ ਪੈ ਗਿਆ ਨੇ। ਫਿਰੋਜ਼ਪੁਰ ਤੋਂ ਬੋਬੀ ਖੁਰਾਨਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ। ਸਟੱਡੀ ਇਨ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਐਂਡ ਜਰਮਨੀ, 14 ਸਾਲਾਂ ਦਾ ਤਜਰਬਾ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪਿਰਾਮਿਡ ਈ ਸਰਵਿਸ, ਜਲੰਧਰ, ਲੁਧਿਆਣਾ, ਮੋਗਾ, ਪਠਾਨਕੋਟ, ਪਟਿਆਲਾ, ਬਠਿੰਡਾ, ਚੰਡੀਗੜ੍ਹ ਅਤੇ ਨਵੀਂ ਦਿੱਲੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 93 978 93 978।